ਹੁਸ਼ਿਆਰਪੁਰ ਦਸੂਹਾ ਦੇ ਪਿੰਡ ਬੋਦਲ ਦੇ 45 ਸਾਲਾ ਨੌਜਵਾਨ ਅਮਰਦੀਪ ਸਿੰਘ ਅਤੇ ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਗਾਇਕ ਅਤੇ ਰਾਗੀ ਭਾਈ ਅਮਰਦੀਪ ਸਿੰਘ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਤੁਹਾਨੂੰ ਦੱਸ ਦਈਏ ਕਿ ਭਾਈ ਅਮਰਦੀਪ ਸਿੰਘ ਨੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਪੰਜਾਬ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਪਹੁੰਚਾਇਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਅਮਰਦੀਪ ਦੇ ਵੱਡੇ ਭਰਾ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਅਮਰਦੀਪ ਸਿੰਘ 2018 ਵਿੱਚ ਅਮਰੀਕਾ ਗਿਆ ਸੀ ਅਤੇ ਆਪਣੀ ਪਤਨੀ ਤੇ ਇੱਕ ਲੜਕੇ ਨਾਲ ਐਰੀਜ਼ੋਨਾ ਸ਼ਹਿਰ ਵਿੱਚ ਰਹਿ ਰਿਹਾ ਸੀ। ਅਮਰਦੀਪ ਨੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ MA ਕੀਤੀ ਹੈ ਅਤੇ ਭਾਰਤ ਦੇ ਨਾਲ ਨਾਲ ਦੁਨੀਆ ਦੇ ਕਈ ਵੱਡੇ ਦੇਸ਼ਾਂ ਵਿੱਚ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ ਨੇ। ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਅਮਰਦੀਪ ਨੂੰ ਸਨਮਾਨਿਤ ਕਰ ਚੁੱਕੀਆਂ ਨੇ। ਸਾਡਾ ਪਰਿਵਾਰ ਬਾਬਾ ਮਰਦਾਨਾ ਜੀ ਦੇ ਗੋਤ ਨਾਲ ਸੰਬੰਧਿਤ ਹੈ ਅਤੇ ਗਾਇਕੀ ਵਿੱਚ ਅਸੀਂ ਬੋਦਲ ਘਰਾਣੇ ਨਾਲ ਸੰਬੰਧਿਤ ਹਾਂ। ਅਮਰਦੀਪ ਦੇ ਭਰਾ ਨੇ ਦੱਸਿਆ ਕਿ ਜਦੋਂ ਸਾਡੇ ਰਿਸ਼ਤੇਦਾਰ ਨੇ ਅਮਰੀਕਾ ਤੋਂ ਫੋਨ ਉੱਤੇ ਇਸ ਗੱਲ ਦੀ ਜਾਣਕਾਰੀ ਦੇ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜਦੀ ਕਿਉਂਕਿ ਭਰਾ ਅਮਰਦੀਪ ਸਿੰਘ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਦਾ ਸੀ। ਇਸ ਸੰਬੰਧੀ ਭਰਾ ਅਮਰਦੀਪ ਸਿੰਘ ਦੀ ਮਾਤਾ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਅਮਰਦੀਪ ਆਪਣੇ ਸਾਰੇ ਭਰਾਵਾਂ ਨਾਲ ਲਗਾਤਾਰ ਫੋਨ ਤੇ ਗੱਲ ਕਰਦਾ ਸੀ ਪਰ ਕਈ ਮਹੀਨਿਆਂ ਤੋਂ ਉਸਨੇ ਮੇਰੇ ਨਾਲ ਗੱਲ ਨਹੀਂ ਕੀਤੀ। ਹੁਣ ਮੈਨੂੰ ਇਸ ਗੱਲ ਦਾ ਪਛਤਾਵਾ ਹੋ ਰਿਹਾ ਹੈ ਕਿ ਕਾਸ਼ ਮੈਂ ਆਪਣੇ ਬੇਟੇ ਨਾਲ ਆਖਰੀ ਵਾਰ ਗੱਲ ਕਰ ਸਕਦੀ। ਉਹਨਾਂ ਦੱਸਿਆ ਕਿ ਅਮਰਦੀਪ ਸਿੰਘ ਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਹੀ ਕੀਤਾ ਜਾਵੇਗਾ। ਇਸ ਦੌਰਾਨ ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਈ ਅਮਰਦੀਪ ਸਿੰਘ ਦੀ ਯਾਦ ਵਿੱਚ ਪਿੰਡ ਬੋਦਲ ਵਿੱਚ ਯਾਦਗਾਰ ਬਣਾਈ ਜਾਵੇ ਤਾਂ ਜੋ ਲੋਕ ਯੁੱਗਾਂ ਤੱਕ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਇਸ ਮਹਾਨ ਸ਼ਖਸੀਅਤ ਨੂੰ ਯਾਦ ਕਰ ਸਕਣ। ਕਹਿ ਸਕਦੇ ਕਿ ਸਾਡੇ ਪੰਜਾਬ ਨੂੰ ਵੀ ਪਿਆ ਇੱਕ ਕਲਾਕਾਰ, ਉਹ ਵੀ ਕਲਾਸੀਕਲ ਦੀ ਮੌਤ ਹੋਈ ਨੇ। ਤੁਹਾਡਾ ਬੇਟਾ ਕਦੋਂ ਬਾਹਰ ਗਿਆ ਸੀਗਾ, ਕਿੰਨੇ ਸਾਲ? 7-8 ਸਾਲ ਹੋ ਗਏ। ਹਾਂ, ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਮੌਤ ਹੋ ਗਈ ਹੈ? ਅਚਾਨਕ ਸਾਨੂੰ ਕੱਲ੍ਹ ਪਤਾ ਲੱਗਾ, 11 ਵਜੇ ਪਤਾ ਲੱਗਾ ਕਿ ਬਸ ਉਹਦੀ ਖਤਮ ਹੋ ਗਿਆ, ਪੂਰਾ ਹੋ ਗਿਆ। ਹਾਂਜੀ, ਫੋਨ ਆਇਆ ਸੀ, ਸਾਡੇ ਜੇਠ ਦਾ ਮੁੰਡਾ ਸੀ ਉਹਦੇ ਕੋਲ ਟਰਾਲਾ ਚਲਾਉਂਦਾ, ਉਹਨਾਂ ਨੂੰ ਮਿਲਣ ਗਿਆ ਸੀ, ਉਹ ਸੀ ਕੋਲ, ਉਹਦੇ ਗਏ ਅਤੇ 11 ਵਜੇ ਫੋਨ ਆਇਆ ਬਸ। ਅਤੇ ਬੇਟੀ ਦੇ ਪਰਿਵਾਰ ਉੱਥੇ ਰਹਿ ਰਹੇ ਨਾਲ? ਪਰਿਵਾਰ ਹਾਂਜੀ, ਸਾਲ ਹੋ ਗਿਆ, 2 ਦਿਨ ਹੋਏ, ਸਾਲ ਹੋਇਆ ਗਿਆ ਨੂੰ ਉੱਥੇ, ਬੇਟਾ ਉਹਦਾ ਅਤੇ ਉਹਦੀ ਜਨਾਨੀ, ਦੋਵੇਂ ਵਾਈਫ ਦੋਵੇਂ ਇਕੱਠੇ ਉੱਥੇ ਗਏ ਆ, ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ। ਤੁਹਾਡੀ ਆਪਣੇ ਆਖਰੀ ਵਾਰ ਆਪਣੇ ਪੁੱਤ ਨਾਲ ਗੱਲ ਕਦੋਂ ਹੋਈ ਸੀਗੀ? ਉਹਨੂੰ ਚਿਰ ਹੋ ਗਿਆ ਗੱਲ ਹੋਈ ਨੂੰ, ਭਰਾਵਾਂ ਨਾਲ ਕੀਤੀ, ਮੇਰੇ ਨਾਲ ਨਹੀਂ ਗੱਲ ਹੋਈ। ਇਸੇ ਗੱਲ ਦਾ ਮੈਨੂੰ ਰੋਣਾ, ਮੇਰੇ ਨਾਲ ਗੱਲ ਨਹੀਂ ਹੋਈ, ਮੇਰੇ ਵੀਡੀਓ 'ਤੇ ਮੈਂ ਆਪਣੇ ਪੁੱਤਾਂ ਚਿਹਰਾ ਵੀ ਨਹੀਂ ਦੇਖ ਸਕੀ। ਬਚਪਨ 'ਚ ਸੰਗੀਤ ਦੇ ਨਾਲ ਬਹੁਤ ਜੁੜੇ ਸੀਗੇ ਪਹਿਲੇ, ਅਤੇ ਇੰਡੀਅਨ ਕਲਾਸੀਕਲ ਮਿਊਜ਼ਿਕ ਵਿੱਚੋਂ ਬਹੁਤ ਜ਼ਿਆਦਾ ਇਹ ਕਰਦੇ ਸੀਗੇ, ਬਹੁਤ ਪ੍ਰਾਈਜ਼ ਜਿੱਤੇ ਨੇ ਬਾਬਾ ਹਰ ਵੱਲੋਂ ਵਿੱਚੋਂ, ਸੀਨੀਅਰ ਕੈਟਾਗਰੀ 'ਚੋਂ ਫਸਟ ਪ੍ਰਾਈਜ਼ ਜਿੱਤਿਆ, ਜੂਨੀਅਰ 'ਚੋਂ ਸੈਕਿੰਡ ਜਿੱਤਿਆ, ਇਹਨਾਂ ਨੇ ਦੇਸ਼ ਵਿਦੇਸ਼ ਘੁੰਮੇ, ਸਿੰਗਾਪੁਰ, ਬੈਂਕੋਂਗ, ਮਲੇਸ਼ੀਆ, ਸੰਗੀਤ ਦਾ ਉੱਥੇ ਜਾ ਕੇ ਪ੍ਰਦਰਸ਼ਨ ਕੀਤਾ, ਗੁਰਮੁਖ ਸੰਗੀਤ ਦਾ ਵੀ ਪ੍ਰਦਰਸ਼ਨ ਕੀਤਾ। ਅਤੇ ਕਿੰਨੇ ਸਾਲ ਤੋਂ ਅਮੈਰੀਕਾ 'ਚ ਰਹਿ ਰਹੇ ਸੀ? ਪਿਛਲੇ 7 ਸਾਲ ਤੋਂ ਅਮੈਰੀਕਾ ਦੇ ਵਿੱਚ ਰਹਿ ਰਹੇ ਸੀ। ਕਿਹੜੇ ਸ਼ਹਿਰ 'ਚ? ਇਹ ਐਰਾਜ਼ੋਨਾ ਫੀਨਿਕਸ ਵਿੱਚ ਸੀਗੇ, ਪਹਿਲਾਂ ਨਿਊਯਾਰਕ ਰਹੇ 4 ਸਾਲ, ਉਸ ਤੋਂ ਬਾਅਦ ਵੀ ਐਰਾਜ਼ੋਨਾ ਫੀਨਿਕਸ ਵਿੱਚ ਆ ਗਏ ਸੀ।
ਉੱਥੇ ਗੁਰੂ ਘਰ ਦੇ ਵਿੱਚ ਸੰਗੀਤ ਦੀ ਵਿੱਦਿਆ ਬੱਚਿਆਂ ਨੂੰ ਤਲੀਮ ਦਿੰਦੇ ਸੀਗੇ। ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਬ੍ਰਦਰ ਕਿਸ ਤਰ੍ਹਾਂ ਮੌਤ ਹੋਈ? ਕੋਈ ਪਤਾ ਨਹੀਂ ਸੀਗਾ ਜੀ। ਕਿੱਦਾਂ ਪਤਾ ਲੱਗਾ? ਸਾਨੂੰ ਸਾਡੇ ਉੱਥੇ ਬ੍ਰਦਰ ਸਾਡੇ ਰਿਸ਼ਤੇਦਾਰ ਸੀਗੇ ਉੱਥੇ ਪਹੁੰਚੇ ਸੀ, ਉਹ ਕੁਦਰਤੀ ਹਾਦਸਾ ਮਾਹੌਲ ਕਰਦੇ ਕਰਦੇ ਯਕਦਮ ਇੱਕ ਸਾਇਲੈਂਟ ਅਟੈਕ ਹੋਇਆ ਉੱਥੇ, ਐਂਬੂਲੈਂਸ ਆਈ ਉੱਥੇ, ਗੁਰੂ ਘਰ ਦੀ ਕਮੇਟੀ ਸੱਦੀ ਗਈ ਹਸਪਤਾਲ ਲੈ ਕੇ ਗਏ ਉਹਨਾਂ ਨੂੰ, ਸਾਇਲੈਂਟ ਅਟੈਕ ਸਿਰਫ 20-25 ਮਿੰਟ ਦੀ ਖੇਡ ਹੋਈ, ਨਾ ਬਿਮਾਰ ਸੀ ਨਾ ਕੋਈ ਸ਼ੂਗਰ ਕੋਈ ਪ੍ਰੋਬਲਮ ਕੋਈ ਨਹੀਂ ਸੀ ਇਹਨਾਂ ਨੂੰ, ਸਾਇਲੈਂਟ ਅਟੈਕ ਉਹਨਾਂ ਨੂੰ ਵਰਤਿਆ। ਸੰਸਕਾਰ ਦਾ ਭਾਅ ਜੀ ਉਹਨਾਂ ਦੇ ਸੰਸਕਾਰ ਇੱਦਾਂ ਸੀ ਭਾਈ ਸਾਹਿਬ ਜੀ, ਸਾਡਾ ਛੋਟਾ ਭਾਈ ਸਾਹਿਬ ਜਿਹੜਾ ਉਹ ਨਿਊਯਾਰਕ ਤੋਂ ਹੀ ਆਇਆ ਇੱਥੇ 2 ਮਹੀਨੇ, ਅਤੇ 10-15 ਦਿਨ ਰਹਿਣਾ ਸੀ ਇੱਥੇ ਉਹਨੇ, ਫਿਰ ਸਡਨਲੀ ਜਿੱਦਾਂ ਹੀ ਡੈਥ ਹੋਈ ਉਹਨਾਂ ਦੀ, ਸਾਨੂੰ ਉੱਥੇ ਭੇਜਣਾ ਪਿਆ। ਅਤੇ ਗੁਰੂ ਘਰ ਦੀ ਕਮੇਟੀ ਕਹਿੰਦੀ ਵੀ ਤੁਸੀਂ ਆਪਣੇ ਪਰਿਵਾਰ ਵਿੱਚੋਂ ਭੇਜੋ ਕਿਸੇ ਨੂੰ, ਫਿਰ ਅਸੀਂ ਡਿਸੀਜ਼ਨ ਲੈਂਦੇ ਹਾਂ ਵੀ ਅਸੀਂ ਫਿਊਨਰਲ ਕਦੋਂ ਕਰੀਏ ਉਹਨਾਂ ਦਾ। ਅਤੇ ਅੱਜ ਛੋਟੇ ਭਰਾ ਰਣਵੀਰ ਸਿੰਘ ਨੂੰ ਉੱਥੇ ਭੇਜ ਦਿੱਤਾ, ਪਰਸੋਂ ਚੌਥ ਨੂੰ ਪਤਾ ਲੱਗੇਗਾ ਕਿ ਅਗਲਾ ਡਿਸੀਜ਼ਨ ਕੀ ਹੈ। ਤੁਹਾਡੇ ਬ੍ਰਦਰ ਨੇ ਜਿਹੜੇ ਇਨਾਮ ਜਿੱਤੇ ਹੋਏ ਆ, ਇਹ ਦੱਸਿਓ ਇਹਦੇ ਬਾਰੇ ਜਾਣਕਾਰੀ ਦਿਓ, ਕਿੱਥੋਂ ਕਿੱਥੋਂ ਲਏ ਸੀਗਾ? ਇਹ ਜੀ ਪੂਰੇ ਵਰਲਡ ਦੀ ਸਭ ਤੋਂ ਵੱਡੀ ਸਟੇਜ ਹੈ ਜੀ, ਸ਼੍ਰੀ ਬਾਬਾ ਹਰਵੱਲਭ ਸੰਗੀਤ ਸੰਮੇਲਨ। ਇਹ ਬਹੁਤ ਕਾਫੀ ਦੇਰ ਤੋਂ 150 ਸਾਲ ਤੋਂ ਚੱਲਦਾ ਆ ਰਿਹਾ। ਉੱਥੋਂ ਇਹਨਾਂ ਨੇ ਫਸਟ ਪ੍ਰਾਈਜ਼ ਸੀਨੀਅਰ ਕੈਟਾਗਰੀ 'ਚੋਂ ਇਹ ਜਿੱਤਿਆ ਸੀਗਾ, ਅਤੇ ਇਹ ਜੂਨੀਅਰ ਕੈਟਾਗਰੀ 'ਚੋਂ ਇਹ ਜਿੱਤਿਆ ਸੀਗਾ ਉਹਨਾਂ ਨੇ, ਅਤੇ ਹੋਰ ਵੀ ਬਹੁਤ ਸਨਮਾਨ ਇੱਦਾਂ ਦੇ ਪਏ ਜਿਹੜੇ ਪਤਾ ਹੀ ਨਹੀਂ, ਉੱਲੀ ਲੱਗ ਗਈ ਬਹੁਤ ਪਤਾ ਨਹੀਂ ਲੱਗਾ, ਬਹੁਤ ਜ਼ਿਆਦਾ ਹਰ ਦੇਸ਼ 'ਚੋਂ ਸਨਮਾਨ ਮਿਲਿਆ। ਕਿ ਇੱਕ ਕਲਾਕਾਰ ਇੱਕ ਬੜਾ ਵੱਡਾ ਅਸੀਂ ਕਹਿ ਸਕਦੇ ਕਿ ਸਾਡੇ ਪੰਜਾਬ ਨੂੰ ਇੱਕ ਕਲਾਸੀਕਲ ਰਾਗੀ ਜਿਹਨਾਂ ਉਹਨਾਂ ਦੀ ਡੈਥ ਹੋ ਗਈ ਹੈ, ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ? ਔਰ ਜੀ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਪੰਥ ਨੂੰ ਬਹੁਤ ਵੱਡਾ ਯਾਨੀ ਕਿ ਬਈ ਘਾਟਾ ਪਿਆ, ਪਰਿਵਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ, ਕਿਉਂਕਿ ਇਹ ਭਾਈ ਸਾਹਿਬ ਹੁਣੀ ਮੈਂ 90 ਦੇ ਵਿੱਚ ਗੁਰਦੁਆਰਾ ਗਰਨਾ ਸਾਹਿਬ ਕੀਰਤਨ ਦੀ ਸੇਵਾ ਉਦੋਂ ਸ਼ੁਰੂ ਕੀਤੀ, ਉਦੋਂ ਤੋਂ ਮੈਂ ਇਹਨਾਂ ਨੂੰ ਦੇਖਦਾ, ਬਹੁਤ ਵਧੀਆ ਸੋਹਣਾ ਕੀਰਤਨ ਕਰਦੇ ਸੀਗੇ ਅਤੇ ਬਹੁਤ ਮੈਨੂੰ ਬਹੁਤ ਪਿਆਰੇ ਲੱਗਦੇ ਸੀਗੇ। ਅਤੇ ਇਹਨਾਂ ਦਾ ਜਿਹੜਾ ਖਾਨਦਾਨ ਆ, ਜਿਹੜਾ ਭਾਈ ਸਾਹਿਬ ਦਿਲਬਾਗ ਸਿੰਘ ਜੀ, ਗੁਲਬਾਗ ਸਿੰਘ ਨੇ, ਉਹ ਵੀ ਬਹੁਤ ਯਾਨੀ ਕਿ ਉਹਨਾਂ ਤੋਂ ਬਹੁਤ ਗੁਣ ਹੈ ਕੀਰਤਨ ਦਾ, ਉਹਨਾਂ ਨੇ ਇਹਨਾਂ ਨੂੰ ਕੀਰਤਨ ਦਾ ਗੁਣ ਦਿੱਤਾ ਸੀਗਾ। ਅਤੇ ਇਹ ਬਹੁਤ ਯਾਨੀ ਕਿ ਬਈ ਇਹਨਾਂ ਦਾ ਜਿਹੜਾ ਹੈਗਾ ਘਰਾਣਾ ਬਹੁਤ ਵੱਡਾ ਘਰਾਣਾ ਆ, ਜਿਹਦੇ ਨਾਲ ਕਈ ਬੱਚੇ ਇਹਨਾਂ ਤੋਂ ਆ ਕੇ ਸੰਗੀਤ ਦੀ ਪ੍ਰਾਪਤੀ ਕਰਦੇ ਸੀ, ਸੰਗੀਤ ਸਿੱਖਦੇ ਸੀਗੇ, ਅਤੇ ਬਹੁਤ ਬੱਚੇ ਕਈ ਬੱਚੇ ਇਹਨਾਂ ਨੂੰ ਯਾਦ ਕਰਦੇ ਸੀਗੇ। ਇਹ ਜਦੋਂ ਕਰੋਨਾ ਹੋਇਆ 18 ਦੇ ਵਿੱਚ ਅਮਰੀਕਾ ਗਏ, ਅਮਰੀਕਾ 'ਚ ਗਏ 'ਚ ਉਹਨਾਂ ਨੇ ਉੱਥੇ ਵੀ ਇਹਨਾਂ ਦੇ ਦੋਸਤ ਮਿੱਤਰ ਬਹੁਤ ਬਣੇ, ਜਿਨ੍ਹਾਂ ਨੇ ਕਿ ਬਈ ਇਹਨਾਂ ਨੂੰ ਬੜਾ ਪਿਆਰ ਦਿੱਤਾ, ਮਾਣ ਦਿੱਤਾ, ਅਤੇ ਸਾਨੂੰ ਅਤੇ ਪੰਥ ਨੂੰ ਅਤੇ ਪਰਿਵਾਰ ਨੂੰ ਅਤੇ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ ਇਹਨਾਂ ਦਾ ਘਾਟਾ ਪਿਆ। ਅਤੇ ਪੰਜਾਬ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ? ਪੰਜਾਬ ਸਰਕਾਰ ਤੋਂ ਆਪਾਂ ਮੰਗ ਕਰਦੇ ਕਿ ਬਈ ਇਹਨਾਂ ਦੀ ਯਾਦ ਦੇ ਅੰਦਰ ਕੋਈ ਪਿੰਡ ਦੇ ਵਿੱਚ ਅਕੈਡਮੀ ਬਣਾਈ ਜਾਵੇ, ਤਾਂ ਕਿ ਇੱਥੇ ਜਿਹੜੇ ਬੱਚੇ ਸੰਗੀਤ ਸਿੱਖੇ ਅਤੇ ਗੁਰੂ ਦਾ ਜਸ ਗਾਇਨ ਕਰਨ। ਇਹ ਪੰਜਾਬ ਸਰਕਾਰ ਤੋਂ ਬੇਨਤੀ ਹੈ।